ਵੇ ਅੰਮਾ ਜਾਇਆ ਸੋਹਣਿਆ ਵੀਰਾ, ਸੋਹਣਿਆ ਵੇ ਮਨ ਮੋਹਣਿਆ ਵੀਰਾ, ਮੇਰੀ ਦਿਲੋਂ ਦੁਆ ਵੇ ਤੇਰੇ ਬੰਨਾ ਰੱਖੜੀ। ਤਾਂ ਜਦੋਂ ਤੋਂ ਧੀਆਂ ਦੀ ਲੋਹੜੀ ਨਹੀਂ ਮਨਾਉਣੀ ਸ਼ੁਰੂ ਹੋਈ ਸੀ ਉਦੋਂ ਤੋਂ ਤੁਸੀਂ ਧੀਆਂ ਤੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਸੀਗੇ। ਤੇ ਬੜੇ ਗੀਤ ਮੈਂ ਗਾਏ, ਧੀਆਂ ਝਟਕਾਂ ਖਾਣ ਨੂੰ ਜੰਮੀਆਂ, ਬੜੇ ਗੀਤ 125 ਗੀਤ ਮੈਂ ਧੀਆਂ ਦਾ ਗਾਇਆ। ਇਹ ਸੱਚੇ ਮਾਰਗ ਚੱਲਦਾ ਤਾਂ ਉਸਤਤ ਕਰੀ ਜਾਂਦਾ, ਜਦੋਂ ਬੰਦਾ ਕੋਈ ਚੰਗਾ ਗੀਤ ਗਾਉਂਦਾ ਨਾ ਸੱਚਾ ਮਾਰਗ ਹੀ ਹੁੰਦਾ। ਬਾਕੀ ਯਮਲਾ ਜੀ ਕਹਿੰਦੇ ਸੀ ਵੀ ਜੰਗਲ ਦੇ ਵਿੱਚ ਖੂਹਾਂ ਵਾਲੇ ਉੱਤੇ ਪੂਆ ਦੇ ਡੋਲ ਸਖੀਆ ਨਾਮ ਸਜਦਾ। ਜਦੋਂ ਅਸੀਂ ਆਪਣਾ ਚੰਗਾ ਕੰਮ ਕਰਾਂਗੇ ਨਾ, ਵੀ ਅੱਜ ਅੱਖਾਂ ਵਾਲੇ ਸ਼ਾਹਰੁਖ ਤੋਂ ਕਬਰਾਂ ਵਿੱਚੋਂ ਬੋਲ, ਜੇ ਅਸੀਂ ਚੰਗਾ ਕੰਮ ਕਰਾਂਗੇ ਨਾ ਸਾਡੇ ਬੱਚਿਆਂ ਨੂੰ ਵੀ ਲੋਕ ਪੁੱਛਣਗੇ ਵੀ ਤੁਹਾਡਾ ਦਾਦਾ ਕਿਹੋ ਜਿਹੇ ਗੀਤ ਗਾਉਂਦਾ ਸੀ, ਫਿਰ ਉਹ ਜੇ ਕੋਈ ਦੱਸਣਗੇ ਵਧੀਆ ਗੀਤ ਸੀ ਫਿਰ ਤਾਂ ਉਹਦੀ ਸ਼ਾਪ। ਜਦੋਂ ਸਨਮਾਨ ਬੰਦੇ ਨੂੰ ਮਿਲਦਾ ਨਾ, ਬੰਦੇ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਵੀ ਮੈਂ ਹੋਰ ਚੰਗਾ ਕੰਮ ਕਰਾਂ, ਚੰਗੇ ਗੀਤ ਸਮਾਜ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਲੁਧਿਆਣਾ ਟਾਈਮਸ, ਮੈਂ ਹਾਂ ਪ੍ਰਵਲੀਨ ਕੌਰ। ਮਾਲਵਾ ਸੱਭਿਆਚਾਰਕ ਮੰਚ ਦੇ ਵੱਲੋਂ ਧੀਆਂ ਦਾ ਲੋਹੜੀ ਮੇਲਾ ਮਨਾਇਆ ਜਾ ਰਿਹਾ। ਹਰ ਸਾਲ ਲੁਧਿਆਣੇ ਦੇ ਵਿੱਚ ਇਹ ਲੋਹੜੀ ਮੇਲਾ ਤਾਂ ਮਨਾਇਆ ਜਾਂਦਾ ਹੈ, ਵੱਖ ਵੱਖ ਸ਼ਖਸੀਅਤਾਂ ਇੱਥੇ ਪਹੁੰਚਦੀਆਂ ਨੇ, ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਅੱਜ ਸਾਡੇ ਨਾਲ ਬਹੁਤ ਹੀ ਉੱਘੇ ਕਲਾਕਾਰ ਪਾਲੀ ਦੇਤਵਾਲੀ ਜੀ ਮੌਜੂਦ ਨੇ, ਜਿਹੜੇ ਕਿ ਅੱਜ ਲੋਹੜੀ ਮੇਲੇ 'ਤੇ ਪਹੁੰਚੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਬਾਕੀ ਅੱਜ ਮਾਲਵਾ ਸੱਭਿਆਚਾਰ ਮੰਚ ਵੱਲੋਂ ਕਲਾਕਾਰਾਂ ਦਾ ਸਨਮਾਨ ਵੀ ਹੈ ਅਤੇ ਲੋਹੜੀ ਮੇਲਾ ਵੀ ਹੈ, ਇਹ ਹਰੇਕ ਸਾਲ ਕਰਦੇ ਆ, ਬਹੁਤ ਚੰਗਾ ਲੱਗਦਾ। ਬਾਕੀ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ ਜਿਹਨੇ ਚੈਨਲ ਨੇ ਆਪਣੇ, ਇਹਨਾਂ ਨੇ ਕਲਾਕਾਰਾਂ ਨੂੰ ਬਹੁਤ ਘੁੰਮਾਇਆ, ਆਪਣਾ ਇੱਕ ਚੌਕ ਆ ਵੀ ਜਿਵੇਂ ਗੱਡੀ ਦੇ ਚਾਰੇ ਪਹੀਏ ਕੰਮ ਕਰਦੇ ਆ ਨਾ, ਬਹੁਤ ਚੰਗਾ ਲੱਗਦਾ ਹੈ। ਤੁਸੀਂ ਅੱਜ ਇੱਥੇ ਪਹੁੰਚੇ ਹੋ, ਤੁਹਾਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ, ਔਰ ਤੁਸੀਂ ਮੈਨੂੰ ਲੱਗਦਾ ਜਦੋਂ ਤੋਂ ਧੀਆਂ ਦੀ ਲੋਹੜੀ ਨਹੀਂ ਮਨਾਉਣੀ ਸ਼ੁਰੂ ਹੋਈ ਸੀ ਉਦੋਂ ਤੋਂ ਤੁਸੀਂ ਧੀਆਂ 'ਤੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਸੀਗੇ, ਕੋਈ ਗੀਤ ਦੇ ਨਾਲ ਸ਼ੁਰੂਆਤ ਕਰਨਾ ਚਾਹੋਗੇ? ਇਹ ਤਾਂ ਮੈਂ 30-35 ਸਾਲ ਦੀ ਗੱਲ ਕਰਦਾ ਗੁੱਡੀ, ਬਈ ਆ ਮੇਖਲ ਵੀ ਲੋਹੜੀ ਮੇਲੇ ਵੀ ਉਦੋਂ ਬਾਅਦ 'ਚ ਹੀ ਲੱਗਣ ਲੱਗਿਆ। ਮੈਂ ਤਾਂ ਮਾਵਾਂ ਅਤੇ ਧੀਆਂ ਵਰਗਾ ਰਿਸ਼ਤਾ ਕੀ ਹੋਰ ਨਹੀਂ, ਆਉਣ ਪੇਕਿਆਂ ਤੋਂ ਠੰਡੀਆਂ ਹਵਾਵਾਂ ਵੀਰ ਮੇਰੇ ਰਹਿਣ ਵਾਸਤੇ, ਬੜੇ ਗੀਤ ਮੇਰੇ ਤੇਰੇ ਬੰਨਾ ਰੱਖੜੀ ਮੈਨੂੰ ਮਨ ਮਨ ਚਾ, ਅਤੇ ਬੜੇ ਗੀਤ ਮੈਂ ਗਾਏ, ਧੀਆਂ ਝਟਕਾਂ ਖਾਣ ਨੂੰ ਜੰਮੀਆਂ, ਬੜੇ ਗੀਤ 125 ਗੀਤ ਮੈਂ ਧੀਆਂ ਦਾ ਗਾਇਆ। ਜਦੋਂ ਕੋਈ ਗੀਤ ਹੁਣ ਅੱਜ ਕੱਲ੍ਹ ਦੇਖਿਆ ਜਾਵੇ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਸਾਹਮਣੇ ਆਉਂਦਾ ਹੈ, ਕੋਈ ਲੋਕ ਜਿਹੜੇ ਤੁਹਾਨੂੰ ਮਿਲਦੇ, ਅੱਛਾ ਤੁਹਾਡਾ ਗੀਤ ਗਾਇਆ, ਕਿਸ ਤਰੀਕੇ ਦਾ ਮਹਿਸੂਸ ਕਰਦੇ ਹੋ ਕਿ ਉਸ ਸਮੇਂ ਦੇ ਗੀਤ ਅੱਜ ਵੀ ਲੋਕ ਪਿਆਰ ਕਰਦੇ? ਪਤਾ ਕੀ ਗੱਲ, ਵੀ ਸੱਚੇ ਮਾਰਗ ਚੱਲਦਾ ਤਾਂ ਉਸਤਤ ਕਰੀ ਜਾਣ, ਹੈ ਨਾ, ਜਦੋਂ ਬੰਦਾ ਕੋਈ ਚੰਗਾ ਗੀਤ ਗਾਉਂਦਾ ਨਾ ਸੱਚਾ ਮਾਰਗ ਹੀ ਹੁੰਦਾ। ਬਾਕੀ ਯਮਲਾ ਜੀ ਕਹਿੰਦੇ ਸੀ ਵੀ ਜੰਗਲ ਦੇ ਵਿੱਚ ਖੂਹਾਂ ਵਾਲੇ ਉੱਤੇ ਪਵਾ ਦੇ ਡੋਲ ਸਖੀਆ ਨਾਮ ਸਾਈਂਦਾ ਬੋਲ, ਜਦੋਂ ਅਸੀਂ ਆਪਣਾ ਚੰਗਾ ਕੰਮ ਕਰਾਂਗੇ ਨਾ, ਵੀ ਅੱਜ ਅੱਖਾਂ ਵਾਲੇ ਸ਼ਾਹਰੁਖ ਤੋਂ ਕਬਰਾਂ ਵਿੱਚੋਂ ਬੋਲ, ਜੇ ਤੁਸੀਂ ਚੰਗਾ ਕੰਮ ਕਰਾਂਗੇ ਨਾ ਸਾਡੇ ਬੱਚਿਆਂ ਨੂੰ ਵੀ ਲੋਕ ਪੁੱਛਣਗੇ ਵੀ ਤੁਹਾਡਾ ਦਾਦਾ ਕਿਹੋ ਜਿਹੇ ਗੀਤ ਗਾਉਂਦਾ ਸੀ, ਫਿਰ ਉਹ ਜੇ ਕੋਈ ਦੱਸਣਗੇ ਵਧੀਆ ਗੀਤ ਸੀ ਫਿਰ ਉਹਦੀ ਸ਼ਾਬਾਸ਼ੀ ਮਿਲੂਗੀ। ਕੋਈ ਗੀਤ ਜਿਹੜਾ ਤੁਹਾਡੇ ਵੀ ਕਰੀਬੀ ਹੈ ਅਤੇ ਅੱਜ ਜੇ ਤੁਹਾਨੂੰ ਬੁਲਾਇਆ ਤਾਂ ਮੈਨੂੰ ਲੱਗਦਾ ਕਿ ਉਹ ਲੋਕ ਪਛਾਣਨਗੇ ਉਸ ਗੀਤ ਤੋਂ, ਪਛਾਣਨਾ ਸ਼ੁਰੂ। ਠੀਕ ਹੈ ਜੀ, ਠੀਕ ਹੈ ਜੀ। ਵੇ ਅੰਮਾ ਜਾਇਆ ਸੋਹਣਿਆ ਵੀਰਾ, ਸੋਹਣਿਆ ਵੇ ਮਨ ਮੋਹਣਿਆ ਵੀਰਾ, ਮੇਰੀ ਦਿਲੋਂ ਦੁਆ ਵੇ ਤੇਰੇ ਬੰਨਾ ਰੱਖੜੀ, ਹਾਏ ਵੀਰਾ ਸ਼ਗਨ ਮਨਾਵੇ ਤੇਰੇ ਬੰਨਾ ਰੱਖੜੀ। ਇਹ ਮੇਰਾ ਗੀਤ ਨਾ 95 ਵਿੱਚ ਅਹੂਜਾ ਸਾਹਿਬ ਨੇ ਕੀਤਾ ਸੀ, ਬਹੁਤ ਅੱਛਾ ਗੀਤ ਸੀਗਾ। ਅਤੇ ਬਾਕੀ ਧੀਆਂ ਦੇ ਗੀਤ ਬੜੇ ਚੱਲਦੇ ਆ, ਮੈਨੂੰ ਧੀਆਂ ਦੇ ਗੀਤਾਂ ਦੀ ਫਰਮਾਇਸ਼ ਆਉਂਦੀ, ਕਈਆਂ ਨੂੰ ਤਾਂ ਸ਼ਰਾਬੀ ਹੋਰ ਗੀਤਾਂ ਦੀ ਫਰਮਾਇਸ਼ਾਂ ਕਰਦੇ ਆ, ਮੈਨੂੰ ਇਹੋ ਜਿਹੇ ਗੀਤਾਂ ਦੀ ਲੋਕ ਫਰਮਾਇਸ਼ ਕਰਦੇ ਲੱਗਦਾ ਕਿ ਰੱਬ ਨੇ ਡਿਊਟੀ ਉਸ ਚੀਜ਼ ਦੀ ਲਾ ਦਿੱਤੀ ਹੈ ਕਿ ਗੀਤ ਉਸ ਤਰੀਕੇ ਦੇ। ਮੈਂ ਬੜੇ ਮੇਖਾ 125 ਗੀਤੀਆਂ ਦਾ ਗਾਇਆ ਜੀ, ਇਸੇ ਕਰਕੇ ਸਨਮਾਨ ਮਿਲੀ ਜਾਂਦੇ ਆ। ਜਦੋਂ ਸਨਮਾਨ ਮਿਲਦਾ ਮੈਂ ਮਾਲਵਾ ਸੱਭਿਆਚਾਰ ਦਾ ਮੰਚ ਦਾ ਬੜਾ ਸ਼ੁਕਰਗੁਜ਼ਾਰ ਹਾਂ। ਜਦੋਂ ਸਨਮਾਨ ਬੰਦੇ ਨੂੰ ਮਿਲਦਾ ਨਾ, ਬੰਦੇ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਵੀ ਮੈਂ ਹੋਰ ਚੰਗਾ ਕੰਮ ਕਰਾਂ, ਚੰਗੇ ਗੀਤ ਸਮਾਜ ਹੁੰਦੇ। ਇੱਕ ਤੁਸੀਂ ਗੀਤ ਹੁਣੇ ਸੁਣਾ ਰਹੇ ਸੀ ਠੰਡੀਆਂ ਛਾਵਾਂ ਵਾਲਾ, ਉਹ ਗੀਤ ਸੁਣਾਉਣਾ ਚਾਹੋਗੇ? ਕਿਉਂਕਿ ਜਦੋਂ ਵੀ ਤੁਹਾਨੂੰ ਦੇਖੀ ਤਾਂ ਇੱਦਾਂ ਲੱਗਦਾ ਕਿ ਉਹੀ ਗੀਤ ਵਾਰ ਵਾਰ ਸੁਣਨ ਦਾ ਦਿਲ ਕਰਦਾ। ਆਉਣ ਪੇਕਿਆਂ ਤੋਂ
ਠੰਡੀਆਂ ਹਵਾਵਾਂ ਵੀਰ ਮੇਰੇ ਰਹਿਣ ਵਸਦੇ ਭੈਣਾਂ ਮੰਗਦੀਆਂ ਰੱਬ ਤੋਂ ਦੁਆਵਾਂ ਵੀਰ ਮੇਰੇ ਰਹਿਣ ਵਸਦੇ ਵੇ ਵੀਰ ਮੇਰੇ ਰਹਿਣ ਵਸਦੇ ਧੀਆਂ ਜਿਹੜੀਆਂ ਨੇ ਸਮਾਜ ਦਾ ਕਹਿ ਲਓ ਸਿਰਜਣ ਕਰਦੀਆਂ ਨੇ ਔਰ ਬਹੁਤ ਸਾਰੀ ਚੀਜ਼ਾਂ ਜਿੱਥੇ ਕਿ ਦੇਖਿਆ ਜਾਵੇ ਸਨਮਾਨ ਬਣਦਾ ਵੀ ਹੈ ਕਿਉਂਕਿ ਹਮੇਸ਼ਾ ਲੋਹੜੀ ਬਣਾਉਂਦੇ ਸੀ ਤਾਂ ਮੁੰਡਿਆਂ ਦੀ ਬਣਾਈ ਜਾਂਦੀ ਸੀ ਪਰ ਹੁਣ ਮੈਨੂੰ ਲੱਗਦਾ ਕਾਫੀ ਸਾਲਾਂ ਤੋਂ ਇਹ ਰੀਤ ਬਦਲ ਗਈ ਹੈ ਹੁਣ ਤਾਂ ਕੁੜੀਆਂ ਦੀ ਲੋਹੜੀ ਜਿਹੜੀ ਧੂਮਧਾਮ ਨਾਲ ਮਨਾਈ ਜਾਂਦੀ ਨਹੀਂ ਕੁੜੀਆਂ ਦੀ ਮੁੰਡਿਆਂ ਦੀ ਵੀ ਮਨਾਈ ਜਾਂਦੀ ਹੈ ਹੁਣ ਮੁੰਡਿਆਂ ਨੂੰ ਛੱਡ ਰਹੇ ਕਹਿੰਦੇ ਲੱਗਦਾ ਅੱਜ ਕੱਲ ਮੁੰਡਿਆਂ ਨੂੰ ਥੋੜੀ ਘੱਟ ਪ੍ਰੈਫਰੈਂਸ ਮਿਲਣੀ ਸ਼ੁਰੂ ਹੋ ਗਈ ਨਹੀਂ ਮੈਂ ਤਾਂ ਕੀ ਬੇਨਤੀ ਕਰਦਾ ਵੀ ਸਕੇ ਵੀਰ ਹੁਣ ਜੇ ਰੱਬਾ ਹੁੰਦੇ ਸਾਰੀ ਉਮਰ ਦੇ ਮਾਪੇ ਭਾਈਆਂ ਵਜੋਂ ਰੱਬਾ ਮੇਰਿਆ ਘਰ ਪੇਕਿਆਂ ਦਾ ਸੁਣਾ ਸੁਣਾ ਜਾਪੇ ਭਾਈਆਂ ਬਾਜਬ ਨਹੀਂ ਸਰਦਾ ਵੀ ਇੱਕ ਵੀਰ ਦੇ ਮੇਰੇ ਬਸੋਂ ਖਾਣ ਨੂੰ ਬੜਾ ਚਿੱਤ ਕਰਦਾ ਭੈਣਾਂ ਭਾਵੇਂ ਲੱਖ ਜਾਂਦੀਆਂ ਭਾਈਆਂ ਬਾਜ ਨਹੀਂ ਸ਼ਿਰਕੇ ਵੀ ਸਰਦਾ ਪੁੱਤਾਂ ਬਿਨਾਂ ਵੀ ਨਹੀਂ ਸਰਦਾ ਧੀਆਂ ਬਿਨਾਂ ਵੀ ਨਹੀਂ ਸਰਦਾ ਇਹ ਸਾਡੇ ਸਮਾਜ ਦਾ ਬਹੁਤ ਵੱਡਾ ਅੰਗ ਨੇ ਸਾਡੇ ਪਰਿਵਾਰ ਦਾ ਬਾਕੀ ਲੜਕੀ ਬੜੀ ਕਿਸਮਤ ਵਾਲੀ ਹੁੰਦੀ ਹੈ ਜਦੋਂ ਬਾਪ ਦੀ ਸੁੱਖ ਮੰਗਦੀ ਆ ਮੁੰਡੇ ਵੀ ਸੁੱਖ ਮੰਗਦੇ ਕੋਈ ਇਹੋ ਜਿਹੀ ਗੱਲ ਮਹਾਰਾਜ ਸਾਹਿਬ ਜੀ ਮੈਂ ਕਹਿੰਦਾ ਵੀ ਰਲ ਮਿਲ ਕੇ ਸਾਰਾ ਪਰਿਵਾਰ ਪੁਰਾਣੇ ਜ਼ਮਾਨੇ 'ਚ ਹੁੰਦਾ ਸਾਡੇ ਸਿਆਣੇ ਕਹਿੰਦੇ ਮਿੱਸਾ ਪਰਿਵਾਰ ਹੋਵੇ ਹਾਂਜੀ ਹਾਂਜੀ ਮਿੱਸਾ ਮਤਲਬ ਧੀ ਵੀ ਹੋਵੇ ਪੁੱਤ ਵੀ ਹੋਵੇ ਪੁਰਾਣੇ ਜ਼ਮਾਨੇ 'ਚ ਇੰਨੇ ਨਿਆਣੇ ਨਹੀਂ ਮੈਂ ਕਹਿੰਦਾ ਉਦੋਂ ਤਾਂ ਹੁੰਦਾ ਸੀ ਸੱਤ ਸੱਤ ਅੱਠ ਅੱਠ ਨਿਆਣੇ ਹੁੰਦੇ ਸੀ ਆਪਣੇ ਬਜ਼ੁਰਗਾਂ ਦੇ ਤਿੰਨ ਚਾਰ ਕੁੜੀਆਂ ਹੋਣੀਆਂ ਤਿੰਨ ਚਾਰ ਮੁੰਡੇ ਹੋਣੇ ਪਰ ਹੁਣ ਤੁਸੀਂ ਅੱਜ ਕੱਲ੍ਹ ਤਾਂ ਮੇਰੇ ਖਿਆਲ ਵੀ ਦੋ ਕੁ ਬੱਚੇ ਹੁੰਦੇ ਆ ਇੱਕ ਧੀ ਹੁੰਦੀ ਇੱਕ ਪੁੱਤ ਵੀ ਜਾ ਕੇ ਦੋਨੇ ਧੀਆਂ ਹੁੰਦੀਆਂ ਜਿਹਦਾ ਦਾਜਾਂ ਦੋਨੇ ਮੁੰਡੇ ਹੁੰਦੇ ਆ ਬਾਕੀ ਸਮਾਜਿਕ ਤੌਰ 'ਤੇ ਮੈਂ ਕਹਿੰਦਾ ਵੀ ਮਾਂ ਬਾਪ ਦੇ ਧੀ ਹੋਵੇ ਭਾਵੇਂ ਪੁੱਤ ਹੋਵੇ ਹਮੇਸ਼ਾ ਸੇਵਾਦਾਰ ਹੋਣ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਲੋਹੜੀ ਦੇ ਮੇਲੇ ਦੇ ਉੱਤੇ ਮੌਜੂਦ ਸੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਵੀ ਕੀਤੀ ਤਾਂ ਤੁਸੀਂ ਸਾਰੇ ਵੀ ਆਪਣੇ ਪਰਿਵਾਰਾਂ ਦੇ ਵਿੱਚ ਜਿਹੜੀ ਹੈ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਓ ਸਿਰਫ ਪੁੱਤਾਂ ਦੀ ਲੋਹੜੀ ਨਹੀਂ ਇਸ ਵਾਰੀ ਧੀਆਂ ਦੀ ਲੋਹੜੀ ਵੀ ਜ਼ਰੂਰ ਮਨਾਇਓ ਤਾਂ ਜੋ ਸਮਾਜ ਦੇ ਵਿੱਚ ਇੱਕ ਨਵਾਂ ਮੈਸੇਜ ਤੁਹਾਡੇ ਵੱਲੋਂ ਵੀ ਜਾ ਸਕੇ ਹੋਰ ਵਧੇਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮ।